ਗੁੱਡ ਮਾਰਨਿੰਗ ਟੀਮ ਸਿਕਨੋਮਿਕਸ। ਅੱਜ 2 ਮਈ 2024, ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿਵੇਂ ਜਿਹੜੀ ਮਾਰਕੀਟ ਸੀਗੀ ਉਹ ਡਾਊਨਵਰਡ ਦੀ ਮੂਵਮੈਂਟ ਲਿੱਤੀ, ਇੱਕ ਡੀਪ ਪੁੱਲ ਬੈਕ ਕਰਕੇ ਮਾਰਕੀਟ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਕੱਲ੍ਹ ਜਿਹੜਾ ਮੇਨ ਇੰਸੀਡੈਂਟ ਸੀਗਾ, ਇਵੈਂਟ ਸੀਗਾ, ਉਹ ਸੀਗਾ ਕਿ ਫੈਡ ਜਿਹੜਾ ਹੈਗਾ ਉਹਨੇ ਰੇਟ ਕਟਿੰਗ ਜਿਹੜੀ ਸੀਗੀ ਐਕਸਪੈਕਟੇਸ਼ਨ ਉਹਦੇ ਬਾਰੇ ਉਹਨੇ ਕਿਹਾ ਕਿ ਉਹ ਖਾਸ ਚੇਂਜਿਸ ਨਹੀਂ ਲੈ ਕੇ ਆਉਣਗੇ, ਸੇਮ ਪੇਸ 'ਤੇ ਹੀ ਜਿਹੜਾ ਹੈਗਾ ਰੇਟ ਆਫ ਇੰਟਰਸਟ ਰਹੇਗਾ। ਸੋ ਇਟ ਵਾਜ਼ ਏ ਗੁੱਡ ਇੰਡੀਕੇਸ਼ਨ ਫੋਰ ਦਾ ਗੋਲਡ ਕਿ ਰੇਟ ਨਹੀਂ ਵਧਣਗੇ। ਅਤੇ ਹੁਣ ਤੁਸੀਂ ਜਿਵੇਂ ਦੇਖ ਸਕਦੇ ਹੋ, ਇੱਥੇ ਵੀਕਨ ਹੋ ਕੇ ਇੱਥੇ ਰਿਬਾਉਂਡ ਕੀਤਾ, ਗੋਲਡ ਨੇ ਅਟੈਂਪਟ ਕੀਤੀ, ਫੇਲ ਹੋਇਆ, ਇਸ ਸਪੋਰਟ ਦੇ ਉੱਤੇ ਆ ਕੇ ਗੋਲਡ ਇਸ ਵੇਲੇ ਦੁਬਾਰਾ ਵਿਦ ਦਾ ਰੇਟ ਆਫ ਇੰਟਰਸਟ ਜਿਹੜੇ ਹੈਗੇ ਫੈਡ ਦੇ, ਉਹਨਾਂ ਦੇ ਨਾਲ ਗੋਲਡ ਚੱਲ ਸਕਦਾ। ਸੋ ਇਹ ਇੱਕ ਰਿਕਵਰੀ ਹੋ ਸਕਦੀ ਹੈ ਇਸ ਲੈਵਲ ਦੇ ਉੱਤੇ ਆ ਕੇ, ਠੀਕ ਹੈ। ਸੋ ਇਸ ਲੈਵਲ ਤੋਂ ਅਸੀਂ ਬਾਏ ਦੀ ਸੋਚ ਸਕਦੇ ਹਾਂ ਕਿਉਂਕਿ ਆਲਰੇਡੀ ਕੱਲ੍ਹ ਦਾ ਰਿਬਾਊਂਡ ਕਰ ਚੁੱਕਿਆ ਗੋਲਡ। ਸੋ ਅਸੀਂ ਇਸ ਵੇਲੇ ਬਾਏਜ਼ ਦੇਖਣੇ ਨੇ ਕਿ ਕਿੱਥੇ ਸਾਡਾ ਬਾਏ ਬਣਦਾ ਹੈਗਾ। ਦੂਸਰਾ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਡੇਲੀ ਕੈਂਡਲਸ ਦੇ ਵਿੱਚ, ਸੋ ਕੱਲ੍ਹ ਦਾ ਇੱਕ ਬੁਲਿਸ਼ ਮੋਮੈਂਟਮ ਰਿਹਾ, ਜਿਵੇਂ ਕਿ ਕੱਲ੍ਹ ਮੋਰਨਿੰਗ 'ਚ ਵੀ ਗੱਲ ਹੋਈ ਸੀ ਕਿ ਇਸ ਲੈਵਲ ਦੇ ਉੱਤੇ ਆ ਕੇ ਗੋਲਡ ਜਿਹੜਾ ਹੈਗਾ ਉਹ ਸਪੋਰਟ ਲੈ ਸਕਦਾ। ਕੱਲ੍ਹ ਦੇ ਚਾਰਟ ਦੇ ਅਕੋਰਡਿੰਗ ਗੋਲਡ ਨੇ ਇੱਥੋਂ ਸਪੋਰਟ ਲਈ ਅਤੇ ਅਪਸਾਈਡ ਦੀ ਮੂਵਮੈਂਟ ਲਈ ਰੈਡੀ ਹੈ। ਇਸ ਵੇਲੇ ਜੇ ਆਪਾਂ 4 ਆਵਰਸ ਦੇਖੀਏ, ਕਿਉਂਕਿ ਹਰ ਚੀਜ਼ ਹੁਣ ਗੋਲਡ ਦੀ ਫੇਵਰ 'ਚ ਹੈ ਅਪਸਾਈਡ ਦੀ ਮੂਵਮੈਂਟ ਲਈ, ਸੋ ਗੋਲਡ ਪੁੱਲ ਬੈਕ ਕਰ ਸਕਦਾ ਇਸ ਲੈਵਲ ਤੱਕ। ਇੱਥੇ ਇੱਕ ਡਬਲ ਬੋਟਮ ਜਾਂ ਇੱਦਾਂ ਦਾ ਕੋਈ ਸਟਰਕਚਰ ਬਣਾ ਕੇ ਅਪਸਾਈਡ ਦੀ ਮੂਵਮੈਂਟ ਕੰਟੀਨਿਊ ਜਾਰੀ ਰੱਖੇਗਾ। ਇਹ ਹੋ ਗਿਆ 4 ਆਵਰਸ ਦੇ ਅਕੋਰਡਿੰਗ। ਸੋ ਜੇ ਲੈਵਲ ਦੀ ਗੱਲ ਕਰੀਏ, ਇਸ ਵੇਲੇ ਅਗਰ ਗੋਲਡ ਇਸ ਲੈਵਲ ਨੂੰ ਜਿਹੜਾ ਕਿ 23-24 ਹੈਗਾ, ਅਗਰ ਬ੍ਰੇਕ ਕਰਦਾ ਅਪਸਾਈਡ ਨੂੰ, ਫਿਰ ਬਾਏ ਹੈਗੀ ਹੈ ਕਿੱਥੋਂ ਤੱਕ? ਬਾਏ ਹੈਗੀ ਹੈ ਸਾਡੀ 23-47 ਤੱਕ। ਸੋ ਇੱਥੋਂ ਸਾਡਾ ਬਾਏ ਬਣ ਸਕਦਾ ਅਗਰ ਇੱਥੋਂ ਬ੍ਰੇਕ ਕਰਕੇ ਗੋਲਡ ਰੀਟੈਸਟ ਕਰਕੇ ਅਪਸਾਈਡ ਦੀ ਮੂਵਮੈਂਟ ਕਰਦਾ। ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਅਗਰ ਇਹ ਵਾਲਾ ਲੈਵਲ 23-47 ਬ੍ਰੇਕ ਹੁੰਦਾ, ਇੱਥੇ ਆ ਕੇ ਗੋਲਡ ਕੰਸੋਲੀਡੇਟ ਕਰ ਸਕਦਾ, ਇੱਕ ਦਿਨ 2 ਦਿਨ ਵੀ ਰਹਿ ਸਕਦਾ ਇਸ ਲੈਵਲ ਦੇ ਉੱਤੇ। ਓਕੇ, ਅਗਰ ਇਸ ਲੈਵਲ ਤੋਂ ਬ੍ਰੇਕ ਹੋਏਗਾ, ਜਿਵੇਂ ਕਿ ਤੁਸੀਂ ਸਾਰਾ ਏਰੀਆ ਕੰਸੋਲੀਡੇਸ਼ਨ ਦਾ ਦੇਖ ਸਕਦੇ ਹੋ, ਟੈਕਨੀਕਲੀ ਲੈਫਟ ਹੈਂਡ ਸਾਈਡ 'ਤੇ ਕਲੀਨ ਰੇਂਜ ਹੈਗੀ ਹੈ, ਕਿਵੇਂ ਗੋਲਡ ਬੈਕ ਟੂ ਬੈਕ ਡਾਊਨ ਆਇਆ ਸੀਗਾ 2 ਦਿਨ ਲਗਾਤਾਰ। ਸੋ ਉਵੇਂ ਹੀ ਜਿਹੜਾ ਗੋਲਡ ਹੈਗਾ ਉਹ ਅਗਰ ਇਹ ਏਰੀਆ ਬ੍ਰੇਕ ਹੁੰਦਾ ਹੈ, ਸੋ ਡਾਇਰੈਕਟ ਇੱਕ ਮੂਵਮੈਂਟ ਹੋਏਗੀ 2400 ਤੱਕ ਦੀ, ਗੋਲਡ ਆਪਣੀ ਮੂਵਮੈਂਟ ਜਾਰੀ ਰੱਖ ਸਕਦਾ ਐਜ਼ ਪਰ 4 ਆਵਰ ਕੈਂਡਲ। ਨੈਕਸਟ ਦੈਨ ਸਟਿਫ ਰਜਿਸਟੈਂਸ ਹੈਗਾ ਹੈ 2400 ਦੇ ਉੱਤੇ, ਤੁਸੀਂ ਕਹਿ ਸਕਦੇ ਹੋ। ਇੱਥੇ ਆ ਕੇ ਗੋਲਡ ਪੁੱਲ ਬੈਕ ਕਰ ਸਕਦਾ ਹੈ ਫਿਰ 23-47 ਤੱਕ, ਕਿਉਂਕਿ ਕਲੀਨ ਰੇਂਜ ਹੈਗੀ ਹੈ ਲੈਫਟ ਹੈਂਡ ਸਾਈਡ। ਸੋ ਪੁੱਲ ਬੈਕ ਕਰਕੇ ਸਪੋਰਟ ਲੈਵਲ ਦੇ ਉੱਤੇ ਗੋਲਡ ਫਿਰ ਦੁਬਾਰਾ ਅਪਸਾਈਡ ਜਾ ਸਕਦਾ। ਸੋ ਸਾਨੂੰ ਵੱਡੇ ਮੌਕੇ ਮਿਲਣਗੇ ਬਾਇਸ ਅਤੇ ਸੈੱਲ ਦੇ, ਸੋ ਅਸੀਂ ਉਸ ਓਪਰਚੁਨਿਟੀਜ਼ ਨੂੰ ਗ੍ਰੈਬ ਕਰਨਾ ਹੈ। ਓਕੇ, ਆਲਮੋਸਟ ਸਾਲ ਦਾ ਐਂਡ ਹਾਫ ਜਿਹੜਾ ਹੈਗਾ ਹੋ ਚੁੱਕਿਆ ਹੈ, ਅੱਧ ਸਾਲ ਮੁੱਕ ਚੁੱਕਿਆ। ਸੋ ਆਪਣੇ ਟਾਰਗੇਟਸ ਨੂੰ ਜ਼ਰੂਰ ਜਿਹੜਾ ਹੈਗਾ ਉਸ ਅਕੋਰਡਿੰਗਲੀ ਅਚੀਵ ਕਰੋ, ਬਟ ਇੰਪੇਸ਼ੀਅੰਸ ਨਹੀਂ ਹੋਣਾ ਅਤੇ ਤਰੀਕੇ ਦੇ ਨਾਲ ਸਿਸਟਮੈਟਿਕ ਤਰੀਕੇ ਨਾਲ ਸਿਸਟਮੈਟਿਕ ਟ੍ਰੇਡਰ ਬਣਨਾ ਆਪਾਂ ਨੇ, ਸਿਸਟਮੈਟਿਕ ਟ੍ਰੇਡਿੰਗ ਦੇ ਨਾਲ ਆਪਾਂ ਨੇ ਆਪਣੇ ਅਕਾਊਂਟ ਨੂੰ ਗਰੋ ਕਰਨਾ ਹੈ। ਸੋ ਇਸ ਵੇਲੇ ਜੋ ਨਜ਼ਰ ਆ ਰਿਹਾ ਹੈ, ਦਿਸ ਇਜ਼ ਸਪੋਰਟ ਐਂਡ ਰਜਿਸਟੈਂਸ। ਰਜਿਸਟੈਂਸ
ਪਲੱਸ ਸਪੋਟ, ਲੈਫਟ ਹੈਂਡ ਸਾਈਡ ਪੁੱਲ ਕਰੋ, ਤੁਹਾਨੂੰ ਨਜ਼ਰ ਆਏਗਾ ਇੱਥੇ ਕਿ ਇਹ ਇੱਥੇ ਇੱਕ ਸਪੋਟ ਵੀ ਹੈਗੀ ਸੀ ਪਹਿਲਾਂ। ਸੋ ਸਪੋਟ ਸਪੋਟ ਰਜਿਸਟੈਂਸ ਦੈਨ ਸਪੋਟ, ਇੱਥੇ ਆ ਕੇ ਗੋਲਡ ਜਿਹੜਾ ਹੈਗਾ 2300 ਤੱਕ ਵੀ ਵਾਪਸ ਅਗਰ ਆਉਂਦਾ ਹੈ ਐਜ ਪਰ 1 ਆਵਰ, ਫਿਰ ਇਹ ਪੁੱਲ ਬੈਕ ਕਰ ਸਕਦਾ, ਅਪਸਾਈਡ ਦੀ ਮੂਵਮੈਂਟ ਲੈ ਸਕਦਾ। ਇਸ ਵੇਲੇ ਇਹਦਾ ਪੁੱਲ ਬੈਕ 2300 ਤੱਕ ਵੀ ਹੋ ਸਕਦਾ, ਜੋ ਕਿ ਇੱਕ ਵੱਡੀ ਸੈਲਿੰਗ ਹੋ ਸਕਦੀ ਹੈ। 30 ਮਿੰਟ 'ਚ ਜਿਵੇਂ ਗੱਲ ਕਰਦੇ ਹਾਂ, 30 ਮਿੰਟ ਦੇ ਵਿੱਚ ਰਜਿਸਟੈਂਸ ਬਣ ਚੁੱਕਿਆ ਆਲਰੇਡੀ, ਸਪੋਟ ਲੱਭ ਰਿਹਾ ਹੈ ਗੋਲਡ ਇਸ ਵੇਲੇ, ਮਾਈਨਰ ਸਪੋਟ ਇਹਨੂੰ ਲੱਭੀ ਹੈਗੀ ਹੈ 2317 ਦੇ ਉੱਤੇ, ਬਟ ਇਹ ਕੋਈ ਸਟਰੋਂਗ ਸਪੋਟ ਨਹੀਂ ਹੈਗੀ, ਇਹਨੂੰ ਇੱਕ ਵਧੀਆ ਸਪੋਟ ਚਾਹੀਦੀ ਹੈ। ਅੱਜ ਥਰਸਡੇ ਹੈਗਾ, ਇਨੀਸ਼ੀਅਲ ਜੋਬਲੈਸ ਕਲੇਮਸ ਨੇ, ਗੋਲਡ ਨੂੰ ਐਕਸਕਿਊਜ਼ ਚਾਹੀਦਾ, ਜਿੱਦਾਂ ਦੇ ਉਹ ਐਕਸਪੈਕਟ ਕਰ ਰਹੇ ਨੇ, ਗੋਲਡ ਅਪਸਾਈਡ ਦੀ ਮੂਵਮੈਂਟ ਲਏਗਾ, ਠੀਕ ਹੈ, ਜ਼ਿਆਦਾ ਕਲੇਮਸ ਉਹ ਐਕਸਪੈਕਟ ਕਰ ਰਹੇ ਨੇ, ਜਿਹੜਾ ਕਿ ਗੋਲਡ ਨੂੰ ਬੁਲਿਸ਼ ਮੂਵਮੈਂਟ ਦੇ ਸਕਦਾ। ਜਿਵੇਂ ਕਿ ਐਗਰੀ ਹੋਏ ਸੀ, ਅਗਰ ਇਸ ਲੈਵਲ 'ਤੇ ਬ੍ਰੇਕ ਹੁੰਦਾ ਅਪਸਾਈਡ ਨੂੰ ਬਾਇਸ, ਅਗਰ ਇਸ ਵੇਲੇ ਤਾਂ ਸੈਲਿੰਗ 'ਚ ਹੈਗਾ, ਕਿੱਥੇ ਤੱਕ 2308 ਤੱਕ ਸੈਲ ਹੋ ਸਕਦਾ, ਠੀਕ ਹੈ। ਫੇਕ ਆਊਟ ਤੋਂ ਜ਼ਰੂਰ ਬਚਣਾ, ਕਿਉਂਕਿ ਪਿਕ ਇੰਸਟੀਟਿਊਸ਼ਨਸ ਆਉਣ ਦੀ ਤਿਆਰੀ ਕਰ ਰਹੇ ਨੇ, ਠੀਕ ਹੈ, ਬੁਲਿਸ਼ ਕੈਂਡਲ ਤੁਸੀਂ ਦੇਖ ਸਕਦੇ ਹੋ। ਸੋ ਵੀ ਨੀਡ ਟੂ ਬੀ ਵੈਰੀ ਕੇਅਰਫੁਲ, ਸਾਡੇ ਸਟੋਪ ਲੋਸ ਵੀ ਹੰਟ ਹੋ ਸਕਦੇ ਹੈ, ਬਟ ਕੋਈ ਵੀ ਅਕਾਊਂਟ ਜਿਹੜਾ ਹੈਗਾ ਆਪਣਾ ਵਿਦਆਊਟ ਸਟੋਪ ਲੋਸ ਤੁਸੀਂ ਨਹੀਂ ਰੱਖਣਾ, ਠੀਕ ਹੈ ਜੀ। ਸੋ ਨੈਕਸਟ ਜਿਹੜਾ ਹੈਗਾ 5 ਮਿੰਟ 'ਚ ਦੇਖਦੇ ਹਾਂ, ਸੇਮ ਰਜਿਸਟੈਂਸ ਤੁਹਾਨੂੰ ਨਜ਼ਰ ਆਏਗਾ, ਥੋੜ੍ਹਾ ਜਿਹਾ ਐਡਜਸਟ ਕਰਨ ਦੀ ਲੋੜ ਹੈਗੀ ਹੈ ਇਸ ਲੈਵਲ ਨੂੰ। ਕੰਸੋਲੀਡੇਸ਼ਨ ਹੈਗਾ, ਕੰਸੋਲੀਡੇਸ਼ਨ ਵੀ ਬਹੁਤ ਇੱਕ ਵਧੀਆ ਲੈਵਲ ਦੇ ਉੱਤੇ ਹੈਗਾ, ਤੁਸੀਂ ਕੀ ਜਿਵੇਂ ਦੇਖ ਸਕਦੇ ਹੋ, ਰਜਿਸਟੈਂਸ ਸਪੋਰਟ ਇਸ ਲੈਵਲ ਦੇ ਉੱਤੇ ਆ ਕੇ ਗੋਲਡ ਸਪੋਰਟ ਲੈ ਸਕਦਾ। ਇਸ ਵੇਲੇ ਇੱਕ ਮਾਈਨਰ ਸਪੋਰਟ ਜਿਹੜੀ ਹੈਗੀ ਹੈ ਗੋਲਡ ਨੇ ਇੱਥੇ ਕ੍ਰੀਏਟ ਕੀਤੀ, ਇਹਦਾ ਵੀ ਵੇਟ ਕਰੋ, ਹੋ ਸਕਦਾ ਅਪਸਾਈਡ ਦੀ ਮੂਵਮੈਂਟ ਦੇਵੇ ਬੁਲਿਸ਼, ਬਟ ਇੱਥੋਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਾਡੀ ਕੋਈ ਟ੍ਰੇਡ ਸੇਫ ਨਹੀਂ ਹੈਗੀ, ਅਸੀਂ ਇਨ ਮਿਡਲ ਆਫ ਨੋ ਵੇਅਰ, ਇਟਸ ਨੋ ਮੈਨਸ ਲੈਂਡ। ਸੋ ਅਸੀਂ ਵੇਟ ਕਰਨਾ ਹੈ ਗੋਲਡ ਦਾ, ਕਿ ਨੀਚੇ ਆ ਕੇ ਸਪੋਰਟ ਬਣਾਏ ਅਤੇ ਫਿਰ ਉੱਪਰ ਜਾਏ, ਸਾਨੂੰ ਵੱਡੀ ਮੂਵਮੈਂਟ ਜਿਹੜੀ ਹੈਗੀ ਹੈ 200-300 pip ਦੀ ਮਿਲ ਸਕਦੀ ਹੈ। ਸੋ ਗਾਇਸ ਬੀ ਕੇਅਰਫੁਲ, ਅੱਜ ਸ਼ਾਮ ਨੂੰ ਮੁਲਾਕਾਤ ਹੁੰਦੀ ਹੈ ਲਾਈਵ ਸੈਸ਼ਨ 'ਚ ਨਿਊਯਾਰਕ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।